ਕਈ ਸੱਜਣ ਤੇ ਸਾਰੀ ਜ਼ਿੰਦਗੀ ਤਿਆਰੀ 'ਚ ਆਪਣਾ ਸਮਾਂ ਗਵਾ ਬੈਠਦੇ ਨੇ। ਭਾਈ ਗੁਰਦਾਸ ਉਹਨਾਂ ਬਾਰੇ ਕਹਿੰਦੇ ਨੇ, ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਇਹ ਹੁਣ ਗੱਲਾਂ ਨਾਲ ਕਿਵੇਂ ਪਹੁੰਚੇ, ਕਿਵੇਂ ਪਹੁੰਚੇ? ਤੁਸੀਂ ਆਖੋਗੇ ਇੱਕ ਦਫ਼ਾ ਦੇ ਸੁਣਨ ਨਾਲ ਖੇਡ ਬਣ ਜਾਂਦੀ। ਹਾਂ, ਇੱਕ ਦਫ਼ਾ ਦੇ ਸੁਣੋ, ਸਾਰੀ ਦੁਨੀਆ ਬਦਲ ਜਾਂਦੀ। ਲੱਖਾਂ ਦਫ਼ਾ ਬੋਲਣ ਨਾਲ ਮਨ ਦੀ ਦੁਨੀਆ ਨਹੀਂ ਬਦਲੇਗੀ। ਇਹ ਵੀ ਅਰਜ਼ ਕਰਾਂ, ਮੈਨੂੰ ਗਾਲਬਨ 48 ਸਾਲ ਕਥਾ ਕਰਦਿਆਂ ਹੋ ਗਏ। ਜ਼ਿੰਦਗੀ ਦਾ ਬਹੁਤ ਵੱਡਾ ਭਾਗ ਇਸ ਲਾਈਨ 'ਚ ਮੈਂ ਬਤੀਤ ਕੀਤਾ। ਬੜੇ ਲੰਬੇ ਸਮੇਂ ਤੋਂ ਬਾਅਦ ਇਹ ਗੱਲ ਮੇਰੀ ਸਮਝ 'ਚ ਆਈ। ਲੋਕ ਕਥਾ ਪਏ ਕਰਦੇ ਨੇ, ਕੀਰਤਨ ਪਏ ਕਰਦੇ ਨੇ, ਸੁਣਦੇ ਪਏ ਨੇ, ਕੋਈ ਆਨੰਦ ਹੋਵੇ, ਖੇੜਾ ਹੋਵੇ, ਖੁਸ਼ੀ ਹੋਵੇ, ਸਮਾਧੀ ਹੋਵੇ, ਮਹਾਰਸ ਹੋਵੇ, ਤਾਂ ਹੈ ਨਹੀਂ। ਤੂੰ ਖੇਡ ਕੁਛ ਹੋਰ ਹੋਵੇਗੀ, ਗੱਲ ਕੁਛ ਹੋਰ ਹੋਵੇਗੀ। ਫਿਰ ਜੋ ਕੁਝ ਮੇਰੀ ਸਮਝ 'ਚ ਆਇਆ, ਸਭ ਤਿਆਰੀ ਹੈ ਚੱਲਣ ਦੀ, ਚੱਲਣਾ ਨਹੀਂ ਹੈ, ਨਹੀਂ ਹੈ। ਚੱਲਣਾ ਕੀ ਹੈ? ਮਨ ਸੁਣੇ, ਇੱਕ ਦਫ਼ਾ ਮਨ ਸੁਣੇ, ਮਨ ਨਿਰਮਲ ਹੋ ਜਾਏਗਾ। ਇੱਕ ਦਫ਼ਾ ਮਨ ਸੁਣੇ, ਸਾਰੇ ਪਾਪ ਮਨ 'ਚੋਂ ਨਿਕਲ ਜਾਣਗੇ। ਇੱਕੋ ਹੀ ਦਫ਼ਾ ਮਨ ਸੁਣੇ, ਮਾਨਸਿਕ ਰੋਗ ਸਾਰੇ ਦੇ ਸਾਰੇ ਚਲੇ ਜਾਣਗੇ, ਫਿਰ ਸਰੀਰਕ ਰੋਗ ਵੀ ਚਲਾ ਜਾਏਗਾ। ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ। ਇੱਕ ਸੱਜਣ ਨੇ ਸੇਜਗੰਜ ਹਿੰਮਤ ਨਾਲ ਕਹਿ ਦਿੱਤਾ, ਗਿਆਨੀ ਜੀ, ਸਰੀਰ 'ਤੇ ਤੁਹਾਡਾ ਵੀ ਰੋਗੀ ਹੈ। ਮੈਂ ਕਹਾਂ, ਮੈਂ ਵਕਤਾਂ ਕੋਈ ਸਰੋਤਾ ਥੋੜ੍ਹੀ, ਵਕਤਾਂ ਕਬੂਲ ਕਰਦਾ, ਮੇਰਾ ਮਨ ਨਹੀਂ ਸੁਣਦਾ, ਔਖਾ, ਕੋਸ਼ਿਸ਼ ਕਰਦੇ ਹਾਂ। ਮੈਂ ਕੋਈ ਇਸ ਤਰ੍ਹਾਂ ਦਾ ਦਾਅਵਾ ਵੀ ਨਹੀਂ ਕੀਤਾ, ਮੈਂ ਸਰੋਤਾ, ਵਕਤਾਂ, ਬੋਲਦੇ ਹਾਂ, ਪਾਠ ਕਰਦੇ ਹਾਂ, ਜਪ ਕਰਦੇ ਹਾਂ, ਮਨ ਨਹੀਂ ਸੁਣਦਾ। ਕਦੀ ਬੈਠੋਗੇ ਅੰਮ੍ਰਿਤ ਵੇਲੇ ਕਰਕੇ ਦੇਖਣਾ, ਮਨ ਨਹੀਂ ਸੁਣਦਾ। ਜਾਂ ਜਿਹੜੇ ਕਰਦੇ ਹੋਣਗੇ ਜ਼ਰੂਰ ਅਨੁਭਵ ਹੋਇਆ ਹੋਣਾ, ਨਹੀਂ ਸੁਣਦਾ। ਇਸੇ ਨੂੰ ਗੁਰੂ ਨਾਨਕ ਨੇ ਕਹਿ ਦਿੱਤਾ, ਆਖਣ ਔਖਾ ਸਾਚਾ ਨਾ। ਮਹਾਰਾਜ, ਕੀ ਔਖਾ ਹੈ? ਕਿਉਂ ਔਖਿਆ ਹੀ ਜ਼ਿਕਰ ਪਏ ਕਰ ਦਿਓ? ਮੈਂ ਹੁਣੇ 2 ਮਿੰਟ 'ਚ 10 ਦਫ਼ਾ ਕਹਿ ਦਿੰਦਾ, ਵਾਹਿਗੁਰੂ 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 ਵਾਹਿਗੁਰੂ, ਕੀ ਔਖਾ ਹੈ? ਨਹੀਂ, ਬਹੁਤ ਔਖਾ, ਬਹੁਤ ਔਖਾ। ਪਤਾ ਹੈ ਜ਼ਿੰਦਗੀ ਕਿਸ ਤਰ੍ਹਾਂ ਸਾਡੀ ਚੱਲ ਰਹੀ ਹੈ? ਸਵਾਸਾਂ ਦੇ ਆਸਰੇ 'ਤੇ, ਅਤੇ ਸਵਾਸਾਂ ਦੀ ਗਤੀ ਕੀ ਹੈ? ਇੱਕ ਬਾਹਰ ਜਾਂਦਾ, ਇੱਕ ਅੰਦਰ ਲੈ ਜਾਂਦਾ। ਜਦ ਅੰਦਰ ਲੈ ਜਾਈਏ ਤਾਂ ਹੁਣ ਆਖੀਏ ਬਾਹਰ ਕਿਉਂ ਕੱਢਣਾ, ਜ਼ਿੰਦਾ ਰਹਿ ਸਕਾਂਗੇ? ਅਤੇ ਜੇ ਬਾਹਰ ਕੱਢਿਆ ਤਾਂ ਹੁਣ ਆਖੀਏ ਅੰਦਰ ਕਿਉਂ ਲੈ ਜਾਈਏ, ਜ਼ਿੰਦਾ ਰਹਿ ਸਕਾਂਗੇ? ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ, ਵਾਹਿਗੁਰੂ ਚੱਲਦਾ ਤਾਂ ਅੰਦਰੋਂ, ਬਾਹਰ ਪ੍ਰਗਟ ਆਉਂਦਾ, ਹੁਣ ਇਹਨੂੰ ਅੰਦਰ ਲੈ ਜਾਣਾ। ਸਵਾਸ ਬਾਹਰ ਗਿਆ, ਸਵਾਸ ਅੰਦਰ ਆਇਆ, ਇਹ ਜ਼ਿੰਦਗੀ ਹੈ। ਸ਼ਬਦ ਬਾਹਰ ਪ੍ਰਗਟ ਹੋਇਆ, ਹੁਣ ਅੰਦਰ ਪ੍ਰਵੇਸ਼ ਕਰੇ, ਇਹ ਧਾਰਮਿਕ ਜ਼ਿੰਦਗੀ ਹੈ। 50-50 ਸਾਲ ਤੋਂ ਕੀਰਤਨ ਕਈ ਕਰਦੇ ਪਏ ਨੇ, ਮਜਾ ਲਏ ਇੱਕ ਪੰਕਤੀ ਅੰਦਰ ਜਾਏ, ਖਾਧੀ ਨਹੀਂ ਹੈ। ਸਵਾਸ ਬਾਹਰ ਸੁੱਟੇ ਨੇ, ਅੰਦਰ ਨਹੀਂ ਲੈ ਗਏ, ਜ਼ਿੰਦਗੀ ਬਣੀ ਨਹੀਂ, ਧਰਮ ਦੀ ਜ਼ਿੰਦਗੀ ਬਣੀ ਨਹੀਂ। ਸਾਰੀ ਜ਼ਿੰਦਗੀ ਧਾਰਮਿਕ ਮੰਦਰਾਂ 'ਚ ਰਹਿ ਗਏ, ਧਾਰਮਿਕ ਨਹੀਂ ਨੇ। ਸਾਰੀ ਜ਼ਿੰਦਗੀ ਧਰਮ ਗ੍ਰੰਥਾਂ ਦਾ ਪਾਠ ਕਰਦੇ ਰਹਿ ਗਏ, ਧਾਰਮਿਕ ਨਹੀਂ ਨੇ। ਜੇ ਕੋ ਖਾਵੇ ਜੇ ਕੋ ਪੁੰਚੇ। ਹੁਣ ਮੈਂ ਅਰਜ਼ ਕਰਾਂ, ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ, ਕਿਸ ਤਰ੍ਹਾਂ ਆਉਂਦਾ, 2-4 ਮਿੰਟ ਲਵਾਂ ਪੂਰਾ ਖੁਲਾਸਾ, ਅਤੇ ਹੁਣ ਮੈਂ ਫਿਰ ਕੱਲ੍ਹ ਕਰਾਂਗਾ, ਕਿਉਂਕਿ ਸਮਾਂ ਆਪਣੇ ਚਾਲ ਨਾਲ ਚੱਲਦਾ ਹੈ ਅਤੇ ਮੈਂ ਪਛੜ ਜਾਂਦਾ, ਘੜੀ ਮੈਥੋਂ ਅੱਗੇ ਲੰਘ ਜਾਂਦੀ ਹੈ। ਜਿਸ ਵਕਤ ਬੋਲਣ ਦਾ ਖਿਆਲ ਆਵੇ ਨਾ, ਅੰਦਰ ਪਵਨ ਨਾਭੀ ਨਾਲ ਟਕਰਾਉਂਦੀ ਹੈ, ਪਵਨ
हवा नाभी नाल टकरांदी। पता है भारत विच नाभी नूं की कहिंदे ने, धर्म ग्रंथां विच नाभी नूं की कहिंदे ने? धुनी। ते धुनी दे अखरी अर्थ की ने? जिथों धुन उठदी है, धुन उठदी है, धुनी। धुन नूं जबान प्रगट कर दीए, उठदी है धुनी तो है, नाभी तो है। इस नाल ते हुण साइंटिस्ट सहमत ने, जबान ते सिर प्रगट कर दी, जबान तो उठदी नहीं है। इतनी भी मर्ज करते हैं, जिवें कड़छी दाल परोस रही है पर निकलदी ते बाल्टी चो पई है, भांडे चो पई है, पतीले चो पई है। सिर्फ जबान एक कड़छी है, शब्द नूं बाहर प्रगट कर रही है। ये भी मैर्ज करते हैं, ये आवाज जबान चो निकल नहीं रही, जबान नहीं इसनों बना रही, जबान प्रगट कर रही है। जिवें कड़छी वंड रही है पर ये सब कुछ कड़छी ने नहीं बनाया, वंड रही है, दे रही है। कड़छी चाहिदी है, जबान चाहिदी है, जबान दी बड़ी महिमा है। शब्द उठता है नाभि तो, शब्द प्रगट होता है जबान तो। जैसे बोलन का ख्याल पैदा होता है, बोलना है, कुछ कहना है, पवन नाभि नाल टकरांदी है, नाब खुलती है, थोड़ी जिहा खुलती है, इतों धुन उठती है। इनू कहिंदे ने परा, इस धुन का नाम है परा। ये धुन फिर उपर उठ के हिरदे तक पहुँचती है, इनू कहिंदे ने पसंति। इत्थे इसनू अखर मिलते हैं, इत्थों उठ के पहुँचती है कंठ तक, पूरा वाक बन जाता है। इनू कहिंदे ने मधमा, जबान उसे नू प्रगट कर देंदी है। उनू कहिंदे ने बैखरी। ये चार पड़ाव ने बड़ी तेजी नाल अंदर प्रकृति कम करती है। जो मेरी जबान बार बोल सुट रही है, ये उठते धुने ही तो पे, फिर हिरदे तक पहुँचते हैं, इतने अखर मिलते हैं, फिर कंठ तक पहुँचते हैं, पूरा वाक बनता है, फिर जबान इसनों प्रगट करती है। ये ऐसी किरिया है परिपूर्ण परमात्मा ने साडे शरीर दे च बनाई है। बहुत वड्डा इंजीनियर है, महान ज्ञाता है। इस वास्ते भारत विच नाभि नूं धार्मिक शब्द विच नाभि नहीं कहिंदे, धुनी कहिंदे ने, धुनी, क्योंकि धुन उत्थों उठदी है। जैसे पवन नाभि नाल टकरांदी है, नाभ थोड़ी खुलदी है, इत्थों आवाज़ उठदी है। एक तरीके नाल इंज कह लो, ये एक साज है, पंज तरह के साज आउंदे ने, इस वास्ते पंज शब्द कहिंदे ने, तत्, वित, गण, नाद, सुगर। इन्हां नूं पंज शब्द कहिंदे ने। इन्हां दी व्याख्या इस तरह है, तत् तंती। शब्द जो चोट नाल पैदा होवे उन्हूं आहत शब्द कहिंदे ने। आहत दे अखरी अर्थ भी चोट, इन्हें मैनूं आहत कीता, इन्हें मैनूं चोट मारी है, इन्हें मैनूं आहत पहुँचाई है, पाओ इसने मैनू चोट पहुँचाई है। आहत का मतलब है चोट। आहत शब्द दो चीज़ों के टकराव तो, चोट तो जिहड़ी आवाज़ पैदा होती है उन्हूं कहिंदे ने आहत। पर जो ब्रह्मंड दे च व्यापक है, एक नाद, और जिस तो सारा जगत आया है, उन्हूं कहिंदे ने अनाहत। परमात्मा का रूप इंज बयान किया गया, आद अनिल अनाद अनाहत। उदी जिहड़ी आवाज़ है, परमात्मा की जिहड़ी आवाज़ है, आहत नहीं है, अनाहत है। परमात्मा का जिहड़ा बोल है अनाहत है। आद अनिल अनाद अनाहत, जुग जुग एको वेस। अनिल उहदा कोई रंग नहीं, सारे रंग उस तो ही आउंदे ने, उहदा कोई रंग नहीं, सारे आकार उसे तो ही आउंदे ने, उहदा कोई आकार नहीं, सारे रूप उसे तो आउंदे ने, उहदा कोई रूप नहीं। अरूप हैं
अनूप हैं। चलो इस प्रकरण को ना लईए। सारे ही रंग उसे तो आउंदे ने, पर उसका कोई रंग नहीं। जुग जुग एक हो वेस, उसका एको ही वेस है। उसे एक तो अनेकता जन्म लेंदी है, उसे एक निराकार तो जिदा कोई आकार नहीं, तरह तरह के आकार जन्म लेंदे ने। उसे एक निराकार तो जिसका कोई रंग रूप नहीं, तरह तरह के रूप जन्म लेंदे ने, तरह तरह के रंग जन्म लेंदे ने। आहत शब्द जो दो चीज़ों के टकराव तो पैदा होवे, तत् तंती साजा तो, सितार है, बीना है, रबाब है, दिल रुबा है, सरंगी है, वायलिन है, तंती साजा तो टकराव तो जिहड़ी आवाज़ पैदा होती है, इनू तत् शब्द कहते हैं। वित चरम का चमड़े दे मड़े हुए साज, ढोलक है, मंजीर है, तबला है, मरदंग है, टब है, इनू वित शब्द कहते हैं। तत् तंती वित चरम का कण का सीका जान, धातुआ नाल ताकतुआ टकरावन जिने छैने आते ने, खड़ताला ने, पित्तल नाल पित्तल टकराए, तांबे नाल तांबा टकराए, लोहे नाल लोहा टकराए, जो आवाज़ पैदा होती है इनू कण शब्द कहते। नाद शब्द घट को कहें, घड़े के उत्ते थाप देंदे ने, साजा दे ये भी वरत्या जाता है, उपर ही थाप मार के विचों आवाज पैदा होती है, इनू नाद शब्द कहते। नाद शब्द घट को कहें, सुगर स्वास पहचान, जो स्वासा नाल पवन दे फूकण नाल वजदे हों, शहनाई है, मुरली है, संख है, नरसिंगा है, इत फूकण नाल वगदे ने, ए हारमोनीयम है, अभी हवा देनी पैंदी, हवा ना दे सुरां दे चों आवाज़ नहीं निकले। असी जो बोलते हैं साढ़े कोल सुगर शब्द है, पवन नाभि नाल टकरांदी है, नाब थोड़ी जिहा खुलदी है, उत्थों धुन उठदी है, इहनूं कहिंदे ने परा, परा धुन ते उठी है, अखरां तो बिना धुन ते उठी है, वाक तो बिना धुन तो उठी है, सिर्फ धुन है, इस वास्ते इनू धुनी कहते। हिरदे तक वो धुन पहुंची, अखर मिल गए, इनू कहते ने पसंती, पसंती बाणी। फिर वो छेती कंठ तक पहुँचती है, पूरा वाक बन जाता, इनू कहते ने मधमा बाणी। फिर जबान उसनों बयान कर देती है, इनू कहते ने बैखरी। वाहे गुरु, ऐसा मेरे अंदर फुरना पैदा होया, पवन नाभि नाल टकराई, परा पसंती मदमा बन के जबान ने बाहर प्रगट कर दिती। वाहे गुरु, ये हुण भोजन बन गया, हुण इसनों शब्द नू वापस लै जाना है। हुण वापस किस तरह लै जाइए, आपदी ज्ञातली अर्ज करा, जिस द्वार दे राही ये बाहर प्रगट होया है, मार्ग ते ओही है इसनों वापस लै जाना। जिवें घर दे जिस दरवाजे चो असी लंघ के आया, हुण घर दे च प्रवेश करांगे उसे दरवाजे दे राही। द्वार इक्को ही है, जैसे गुरुद्वारे दा दरवाजा बार, जिस तो आया बार भी उसे राही जावांगे। शब्द प्रगट होया है बार, बैखरी, मदमा, पसंती, परा, हुण इसनों सुनना है, इस बैखरी नू सुनना है ते वापस लै जाना है। हुण मैं अर्ज करा, वापस लै जाण दा भी ओही ढंग है, मार्ग ओही है। इसनों कबीर ने कहा, उल्टी गंगा जमन मिलाओ, जमन जिथों गंगा जमी है, उत्पन्न होंदी है, उनू गंगोत्री कहते हैं, मुआवन जिथों दरिया निकलता है, जिथों दरिया प्रगट होता है, जिथों गंगा प्रगट हुई है, गंगोत्री ही। और कबीर कहते हैं, इनू पलटा के जिथों निकली उथे ले जाना, किसी भी दरिया उथे ले जाना जिथों प्रगट होया, अज तक तो नहीं होया, अज तक तो नहीं।
ਇੰਨੇ ਦਰਿਆ ਜ਼ਮੀਨ 'ਤੇ ਵਗਦੇ ਨੇ, ਜਿੱਥੋਂ ਨਿਕਲਦੇ ਨੇ ਪਲਟਾ ਕੇ ਲੈ ਜਾ ਸਕਦੇ ਆ, ਉੱਥੋਂ ਉਚਾਈਆਂ ਤੋਂ ਨਿਕਲਦੇ ਨੇ, ਬੁਲੰਦੀਆਂ ਤੋਂ ਨਿਕਲਦੇ ਅਤੇ ਪਲਾਂ ਪਾਣੀ ਨਿਵਾਣ ਦੀ ਤਰਫ ਜਾਂਦਾ। ਭਾਰਤ ਦੇ ਕਰੀਬਨ ਸਾਰੇ ਦਰਿਆ ਹਿਮਾਲਿਆ ਤੋਂ ਆਉਂਦੇ ਨੇ, ਪਹਾੜਾਂ ਤੋਂ ਆਉਂਦੇ ਨੇ ਥੱਲੇ ਦੀ ਤਰਫ। ਵਾਪਸ ਕਿਵੇਂ ਲੈ ਜਾਈਏ? ਜਿੱਥੋਂ ਨਿਕਲੇ ਨੇ ਹੁਣ ਉੱਥੇ ਲੈ ਜਾਈਏ। ਇਹ ਧੁਨ ਜਿੱਥੋਂ ਪ੍ਰਗਟ ਹੋਈਏ, ਕਿੱਥੋਂ ਪ੍ਰਗਟ ਹੋਈਏ, ਨਾਭੀ ਤੋਂ, ਧੁਨੀ ਤੋਂ, ਇਹਨੂੰ ਉੱਥੇ ਹੀ ਲੈ ਜਾਣਾ। ਉਲਟੀ ਗੰਗਾ ਜਮਨ ਮਿਲਾ, ਬਸ ਇਹ ਕੰਮ ਔਖਾ। ਆਖਣ ਔਖਾ ਸਾਚਾ ਨਾ, ਜਿਸ ਦਿਨ ਕਰੋਗੇ ਨਾ, ਦੁਨੀਆਂ 'ਚ ਕੋਈ ਕੰਮ ਇਤਨਾ ਔਖਾ ਨਹੀਂ ਜਿਤਨਾ ਇਹ ਹੈ। ਮਾਊਂਟ ਐਵਰੈਸਟ 'ਤੇ ਚੜ੍ਹ ਜਾਣਾ ਵੀ ਸੌਖਾ, ਇਹ ਕੰਮ ਔਖਾ। ਚੰਦਰਮਾ ਤੱਕ ਪਹੁੰਚ ਜਾਣਾ ਵੀ ਕੋਈ ਇਤਨਾ ਔਖਾ ਨਹੀਂ। ਧੁਨ ਨੂੰ ਧੁਨੀ ਤੱਕ ਪਹੁੰਚਾਉਣਾ ਔਖਾ। ਬੜੇ ਬੜੇ ਜੋਗੀ ਰਹਿ ਜਾਂਦੇ ਨੇ, ਬੜੇ ਬੜੇ ਜਪੀਸ਼ਵਰ ਰਹਿ ਜਾਂਦੇ ਨੇ, ਬੜੇ ਬੜੇ ਅਭਿਆਸੀ ਮੇਰੇ ਅੱਗੋਂ ਰੋਂਦੇ ਹੋਏ ਮਿਲੇ, ਕਹਿੰਦੇ ਨੇ ਗਿਆਨੀ ਜੀ ਕੀ ਕਰੀਏ, ਖੇਡ ਨਹੀਂ ਬਣਦੇ, ਖੇਡ ਨਹੀਂ ਬਣਦੇ। ਤੜਪਦੇ ਹੋਏ ਮਿਲੇ ਨੇ, ਰੋਂਦੇ ਹੋਏ ਮਿਲੇ ਨੇ। ਇਸੇ ਰੋਦਨ ਦਾ ਜ਼ਿਕਰ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹੇ ਚੱਲੇ ਜੀਓ। ਇਹ ਜਦ ਧੁਨ ਵਾਪਸ ਜਾਂਦੀ ਹੈ ਤਾਂ ਜੋ ਕੁਛ ਸਟੇਜਾਂ ਬਣਦੀਆਂ ਨੇ, ਅਵਸਥਾਵਾਂ ਬਣਦੀਆਂ ਨੇ, ਮੈਂ ਇਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਸੀ, ਪਰ ਭੂਮਿਕਾ ਵਿੱਚ ਉਥਾਨਕਾ 'ਚ ਹੀ ਮੈਂ ਸਾਰਾ ਸਮਾਂ ਲੈ ਗਿਆ। ਇੱਕ ਇੱਕ ਅਵਸਥਾ ਬੜੀ ਮਹਾਨ ਹੈ। ਜਿਵੇਂ ਇਹ ਧੁਨੀ ਤੋਂ, ਨਾਭੀ ਤੋਂ ਧੁਨ ਉੱਠੀ, ਇਹਨਾਂ ਦੇ ਨਾਮ ਨੇ ਪਰਾ, ਬਸੰਤੀ, ਮਧਮਾ, ਬੈਖਰੀ। ਜਦ ਇਹ ਧੁਨ ਵਾਪਸ ਜਾਵੇ, ਮਧਮਾ, ਬਸੰਤੀ ਅਤੇ ਬੈਖਰੀ ਬਣੇ, ਫਿਰ ਵੀ ਕੁਛ ਆਪਣੀਆਂ ਅਵਸਥਾਵਾਂ ਨੇ, ਉਹਨਾਂ ਨੂੰ ਭਗਤਾਂ ਨੇ ਨਾਮ ਦਿੱਤੇ ਨੇ, ਉਹਦਾ ਬਕਾਇਦਾ ਜ਼ਿਕਰ ਹੈ। ਔਰ ਉਸ ਜ਼ਿਕਰ ਤੋਂ ਉਹਨੂੰ ਸੁਣ ਕੇ ਅਭਿਆਸੀ ਅੰਦਾਜ਼ਾ ਲਾ ਸਕਦਾ ਹੈ ਮੈਂ ਕਿੱਥੇ ਤੱਕ ਪਹੁੰਚਿਆ। ਜਿਵੇਂ ਸਰੀਰ ਨੂੰ ਵੇਖ ਕੇ ਸਾਨੂੰ ਅੰਦਾਜ਼ਾ ਲੱਗ ਜਾਂਦਾ ਇਹ ਜਵਾਨ ਹੈ, ਇਹ ਹੁਣ ਬੁਢੇਪੇ ਤੱਕ ਚਲਾ ਗਿਆ, ਇਹ ਤਾਂ ਅਜੇ ਬੱਚਾ, ਇਹਦੀ ਸੁਰਤ ਕਿੱਥੇ ਤੱਕ ਪਹੁੰਚੀ ਹੈ, ਇਹਦਾ ਧਿਆਨ ਕਿੱਥੇ ਤੱਕ ਪਹੁੰਚਿਆ, ਸ਼ਬਦ ਦਾ ਪ੍ਰਵੇਸ਼ ਕਿੱਥੇ ਤੱਕ ਹੋਇਆ, ਇਹ ਖੁਦ ਨੂੰ ਪਤਾ ਚੱਲੇਗਾ, ਦੂਜੇ ਨੂੰ ਨਹੀਂ, ਦੂਜੇ ਨੂੰ ਨਹੀਂ। ਇਸ ਵਾਸਤੇ ਧਾਰਮਿਕ ਮੈਂ ਹਾਂ ਕਿ ਨਹੀਂ ਹਾਂ, ਇਹਦੇ ਬਾਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣੀ ਜਜਮੈਂਟ ਆਪ ਕਰ, ਕਿਸੇ ਕੋਲ ਨਾ ਕਰਾ। ਤੂੰ ਕੀ ਹੈ? ਤੂੰ ਭਗਤ ਹੈ ਕਿ ਨਹੀਂ? ਤੂੰ ਗੁਰਮੁਖ ਹੈ ਕਿ ਨਹੀਂ? ਤੂੰ ਸੰਤ ਹੈ ਕਿ ਨਹੀਂ? ਇਹ ਫੈਸਲਾ ਕਿਸੇ ਕੋਲ ਨਾ ਕਰਾ, ਕੋਈ ਕੀ ਜਾਣਦਾ? ਵੱਧ ਤੋਂ ਵੱਧ ਤੇਰੇ ਸਰੀਰ ਬਾਰੇ ਕੋਈ ਜਾਣਦਾ? ਤੂੰ ਜਵਾਨ ਹੈ, ਬੁੱਢਾ ਹੈ ਕਿ ਬੱਚਾ ਹੈ? ਤੂੰ ਰੋਗੀ ਹੈ ਕਿ ਤੰਦਰੁਸਤ ਹੈ? ਤੂੰ ਇਸਤਰੀ ਹੈ ਕਿ ਪੁਰਸ਼ ਹੈ? ਤੇਰੇ ਸਰੀਰ ਨੂੰ ਬਸ ਇਤਨਾ ਦੇਖ ਕੇ ਕੋਈ ਅੰਦਾਜ਼ਾ ਲਾ ਸਕਦਾ, ਦੂਜਾ ਸਾਡੀ ਸੁਰਤ ਦਾ ਕੀ ਅੰਦਾਜ਼ਾ ਲਾਏਗਾ, ਕਿਸ ਤਰ੍ਹਾਂ ਲਗਾਏਗਾ? ਇਸ ਵਾਸਤੇ ਇੱਕ ਕਥਾ ਕੀਰਤਨ ਦੀ ਲੋੜ ਪੈ ਜਾਂਦੀ ਹੈ, ਸਾਨੂੰ ਆਪਣੀ ਸਮਝ ਆਵੇ। ਅਪਤਨ ਕਾ ਜੋ ਕਰੇ ਵਿਚਾਰ, ਤਿਸ ਜਮ ਕੰਕਰ ਨਹੀਂ ਕਰੇ ਖੁਆਰ। ਬੜੀ ਕੀਮਤੀ ਪੰਕਤੀ ਹੈ। ਜੋ ਆਪਣੇ ਵਿਚਾਰ ਆਪ ਕਰਦਾ ਕਿ ਮੈਂ ਕੀ ਹਾਂ, ਮੈਂ ਕੀ ਹਾਂ, ਔਰ ਮੈਂ ਕਿੱਥੇ ਹਾਂ। ਬਦਕਿਸਮਤੀ ਹੈ, ਮਨੁੱਖ ਦੂਜਿਆਂ ਤੋਂ ਫੈਸਲੇ ਕਰਾਉਂਦਾ ਔਰ ਦੂਜਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ, ਉਹ ਦਿਖਾਵਾ ਹੀ ਦਿਖਾਵਾ ਹੁੰਦਾ, ਅੰਦਰ ਦੀ ਦੁਨੀਆ ਨਹੀਂ ਹੁੰਦੀ, ਕੁਛ ਵੀ ਨਹੀਂ ਹੁੰਦਾ। ਦੂਜੇ ਫੈਸਲਾ ਕਰਨ, ਮੈਂ ਗਿਆਨੀ ਹਾਂ, ਮੈਂ ਸੁੰਦਰ ਕੀਰਤਨੀ ਹਾਂ, ਮੈਂ ਅੱਛਾ ਪਾਠ ਕਰ ਲੈਂਦਾ, ਮੈਂ ਬਹੁਤ ਵੱਡਾ ਦਾਨੀ ਹਾਂ, ਮੈਂ ਬਹੁਤ ਵੱਡੀ ਸੇਵਾ ਕਰ ਲੈਂਦਾ, ਔਰ ਦੁਨੀਆ ਵਾਹ ਵਾਹ ਕਰੇ, ਬੰਦੇ ਦੀ ਚਾਹਤ ਆਉਂਦੀ ਹੈ। ਮੈਂ ਤਾਂ ਇਹ ਚਾਹਤ ਉਹਨਾਂ ਬੰਦਿਆਂ ਦੀ ਵੀ ਦੇਖੀ ਹੈ, ਹੈਰਾਨ ਹੋ ਗਏ ਜੋ ਬਿਰਧ ਹੋ ਗਏ ਨੇ, 80-85 ਸਾਲ ਦੇ ਹੋ ਗਏ ਨੇ, ਜਪ ਵੀ ਬੜਾ ਕਰਦੇ ਨੇ, ਬਾਣੀ ਵੀ ਬੜੀ ਪੜ੍ਹਦੇ ਨੇ, ਪਰ ਅਜੇ ਵੀ ਅੰਦਰ ਉਮੰਗ ਇਹ ਹੈ। ਲੋਕ ਗੁਰਮੁਖ ਆਖਣ, ਬ੍ਰਹਮ ਗਿਆਨੀ ਆਖਣ, ਲੋਕ ਆਖਣ ਅੰਮ੍ਰਿਤ ਵੇਲੇ ਉੱਠਦਾ ਹੈ, ਲੋਕਾਂ ਦੀ ਪ੍ਰਸੰਨਤਾ ਵਾਸਤੇ, ਲੋਕ ਖੁਸ਼ ਹੋਵਣ, ਲੋਕ ਵਾਹ ਵਾਹ ਕਰਨ। ਇਹ ਅਵਸਥਾ ਪਤਾ ਕੀ ਬਣਾਉਣੀ ਪੈਂਦੀ ਹੈ? ਕੋਈ ਭਲਾ ਕਹੋ ਭਾਵੇਂ ਬੁਰਾ ਕਹੋ,
हम तन दियो है डार गुरु रामदास। कोई मतलब नहीं दस बंदे भला भला आखते पैने, कोई मतलब नहीं दस बुरा बुरा आखते पैने। मैं की हाँ, कोई बुरा बुरा आखरे इतनी बुरी गल नहीं है, मैं बुरा ना होवा बस गल इतनी है। कोई भला भला आखदा पे आखे पे मैं देखा मैं भला हां कि नहीं। अपतन का जो करे बिचार, इतों धर्म की यात्रा शुरू होती है। ये जड़ियाँ स्टेजा ने परा पसंती मदमा बैखरी, मैं कोशिश करांगा कल धन गुरु ग्रंथ साहब जी महाराज मैनू तौफीक देन समर्था देन। है बारीक गल अत्यंत बारीक, तो मैं सतगुरु की हजूरी थानू अर्ज करा सफलता मैनू भी अजे नहीं मिली, पता मैनू चल गए। चलो इनू हंकार कह दो, तुसी मेरा हंकार कह दो, मैनू पता चल गया गल ए है, स्टेज ए है, अवस्था ए है। तो इसी फोकी मेरी निर्माणता भी ना समझ लेना, 100% मैं सही कह रहा, कामयाबी मैनू इस नहीं मिली। समझ आ गई है, वो समझ मैं थोड़े सामने रख रहा। तुसी आखोगे अवस्था क्यों नहीं मिली, ये मैनू हुण समझ आई है, बहुत औखी है। कथा करन नालों लखां गुणा औखी है, आखण औखा साचा। कीर्तन करन नालों लखां गुणा औखा है, दान पुन करन नालों पाठ करन नालों लखां गुणा औखा है। पाठ जबान कर रही है, इतने भोजन बन रहे है, जिन्ने चिर तक छकांगे नहीं तो तृप्ति किवें होगी, सारियां भुखां किस तरह मिटणगियां, लोभ किवें शांत होगा, अहंकार किवें मिटेगा। शब्द अंदर ते प्रवेश करे तां ही गल बनेगी, भोजन दी बुरकी अंदर जावे मास बनेगी, खून बनेगी। अगर शब्द अंदर चला गया यकीन जानो दया बन जाएगा, संतोख बन जाएगा, ज्ञान बन जाएगा, विज्ञान बन जाएगा, परम आनंद बन जाएगा, समाधि बन जाएगा और मनुख दा मन परमात्मा दा रूप हो जाएगा। ये जड़ियाँ स्टेजा ने, बाकी कल समा हो गया। सारिया का हार्दिक तौर पर धनवाद, तुम बड़े टिकाओ नाल सरवण किया। गुरु ग्रंथ साहब जी महाराज बख्शिश करन, रहमत करन, सुन के थानू कामयाबी बख्शन, सुना के मैनू कामयाबी बख्शन। थोड़ा सुनया होया सफल होवे, मेरा सुनाया होया सफल होवे। पुल चुगदी शमा, वाहेगुरु जी का खालसा, वाहेगुरु जी। Gyan